ਗੇਟ ਸੁਣਨ ਖੋਲੋ ਪਹਿਲਵਾਨ ਆਇਆ ਕਿਹੜਾ ਗੇਟ ਵੱਡਾ ਗੇਟ ਤੇ ਜੇ ਉੱਥੇ ਵੱਡਾ ਗੇਟ ਨਾ ਹੋਇਆ ਤੇ ਫਿਰ ਛੋਟੇ ਚ ਨਾ ਜਾਣਗੇ ਤੇ ਜੇ ਛੋਟਾ ਵੀ ਨਾ ਹੋਇਆ ਤੇ ਫਿਰ ਬਾਹਰ ਖੋਲੋ ਕੇ ਪੁਲਿਸ ਵਾਲਾ ਕੋਲ ਜੁੱਤੀਆਂ ਖਾਈ ਜਾਵਾ ਉੱਠੋ ਜਾਨ ਜਾਗੋ ਮੈਂ ਆਈ ਹਾਂ ਤੁਹਾਡੇ ਖਾਬਾਂ ਦੀ ਸ਼ਹਿਜ਼ਾਦੀ ਖਾਬ ਚ ਇੰਨੀ ਸਹੂਲਤ ਹੁੰਦੀ ਹੱਥ ਫੜਨ ਦੀ ਸਹੂਲਤ ਹੁੰਦੀ ਹੈ ਖਾਬ ਵਿੱਚ ਉਹ ਜਾ ਕੰਮ ਕਰ ਅਸੀਂ ਸਾਰੀ ਜ਼ਿੰਦਗੀ ਜੇਲ੍ਹਾਂ ਗੁਜ਼ਾਰਨੇ ਕਿੱਥੇ ਰੋਟੀਆਂ ਲੈ ਕੇ ਸਾਡੇ ਪਿੱਛੇ ਫਿਰਦੀ ਰਹੇਗੀ ਨਾ ਅੜਿਆ ਜੇਲ੍ਹਾਂ ਦੇ ਨਾਲ ਤੋਂ ਨਾ ਡਰਾ ਸਾਨੂੰ ਅੱਛਾ ਜੀ ਇਸ਼ਕ ਕੀਤਾ ਤੇਰੇ ਨਾਲ ਜੇਲ੍ਹਾਂ ਦੇ ਬੂਹੇ ਤੇ ਅੱਗੇ ਮਰ ਜਾਂਗੇ ਪਰ ਤੈਨੂੰ ਨਹੀਂ ਛੱਡਾਂਗੇ ਸੱਚ ਕੀ ਮੈਂ ਕਿ ਸ਼ਹਿਜ਼ਾਦੀ ਲੱਗੀ ਹੈ ਕਿਉਂਕਿ ਰੱਬ ਨੇ ਹਰ ਚੀਜ਼ ਦੇ ਜੋੜੇ ਬਣਾਏ ਨੇ ਅੱਲਾਹ ਤਾਲਾ ਦਾ ਨਿਜ਼ਾਮ ਹੈ ਤੇਰਾ ਤੇ ਮੇਰਾ ਜੋੜਾ ਉੱਤੋਂ ਬਣ ਕੇ ਆਇਆ ਹੈ ਇੱਕ ਚਰਸ ਦਾ ਜੋੜਾ ਵੀ ਮੈਂ ਉੱਤੋਂ ਹੀ ਬਣਵਾਇਆ ਜੀ ਮੁੰਡਾ ਬਣਾਉਂਦਾ ਨਹੀਂ ਸੀ ਮੈਂ ਕਿਹਾ ਬਣਾ ਕੀ ਕਰਨ ਲਿਆ ਪਾਗਲ ਹੋ ਗਿਆ ਬਚਪਨ ਤੋਂ ਤੇਰਾ ਤੇ ਮੇਰਾ ਜੋੜਾ ਹੈ ਜਿਸ ਤਰ੍ਹਾਂ ਚਿੜੀ ਤੇ ਚਿੜੇ ਦਾ ਜੋੜਾ ਹਾਂ ਹਾਂ ਕੈਸਾ ਅਨਥਕ ਜੋੜਾ ਹੈ ਸਾਰਾ ਦਿਨ ਉੱਡਦਾ ਰਹਿੰਦਾ ਥੱਕਦਾ ਹੀ ਨਹੀਂ ਜਿਸ ਤਰ੍ਹਾਂ ਬੱਕਰੀ ਤੇ ਬੱਕਰੇ ਦਾ ਜੋੜਾ ਜਿਸ ਤਰ੍ਹਾਂ ਬਾਂਦਰ ਤੇ ਬਾਂਦਰੀ ਦਾ ਜੋੜਾ ਆਹਾ ਵਾਹ ਜੀ ਵਾਹ ਜਿਸ ਤਰ੍ਹਾਂ ਮੱਛੀ ਤੇ ਮੱਛੇ ਦਾ ਜੋੜਾ ਇਹ ਮੱਛੀ ਨਾਲ ਮੱਛਾ ਹੀ ਹੁੰਦਾ ਨਾ ਉਹ ਮੈਂ ਕਿਹਾ ਸਮੁੰਦਰ ਕਿਸੇ ਹੋਰ ਦਾ ਵੀ ਦਾਲ ਲੱਗ ਜਾਂਦਾ ਹੋਵੇ ਮੇਰੀ ਗੱਲ ਸੁਣੋ ਮੈਨੂੰ ਗੱਲ ਸਮਝ ਨਹੀਂ ਆ ਰਹੀ ਹਾਂਜੀ ਮੱਛੀ ਦੇ ਨਾਲ ਮੱਛਾ ਬੱਕਰੇ ਨਾਲ ਬੱਕਰੀ ਚਿੜੀ ਦੇ ਨਾਲ ਚਿੜਾ ਬਾਂਦਰ ਨਾਲ ਬਾਂਦਰੀ ਤੇ ਖੋਤੀ ਦੇ ਨਾਲ ਛੱਡ ਦੇ ਉਹਨਾਂ ਦਾ ਪਿਆਰ ਨਾਲ ਕੋਈ ਤਲਕ ਨਹੀਂ ਖੋਤੀ ਨਾਲ ਹੁੰਦਾ ਜ਼ਾਲਮ ਜ਼ਗੀਰਦਾਰ ਇਹਨੂੰ ਪਿਆਰ ਦੇ ਜੋੜਿਆਂ ਤੋਂ ਭਰੀ ਰੱਖ ਦਫਾ ਕਰ ਛੱਡੋ ਸਾਡਾ ਕੀ ਤਾਲੁਕ ਹੈ ਨਾ ਚੀਜ਼ਾਂ ਦੇ ਨਾਲ ਲੇਕਿਨ ਸਾਨੂੰ ਤੇਰੇ ਪਿਆਰ ਦਾ ਯਕੀਨ ਨਹੀਂ ਆਇਆ ਐ ਹੱਥ ਪੜ ਮੈਂ ਜੀਣਾ ਤੇਰੇ ਨਾਲ ਜੀਵਾ ਦਿਨ ਚਾਰ ਭਾਵੇਂ ਜੀਵਾ 100 ਸਾਲ ਇਹ ਤਾਂ ਤੇਰੀ ਵੱਡੀ ਭੈਣ ਵੀ ਕਹਿੰਦੀ ਸੀ ਖਾ ਗਈ ਸਾਡਾ 5 ਲੱਖ ਸੈਵੀ ਸਾਹਿਬ ਤੁਸੀਂ ਲੈ ਕੇ ਦੇਣਾ ਮੈਨੂੰ 5 ਲੱਖ ਹਾਂ ਇਹ ਹੋ ਗਿਆ 5 ਲੱਖ ਇਸ ਤੇਰੀ ਜਾਨ ਛੁੱਟ ਗਈ ਹੈ ਅੱਛਾ ਹੋਰ ਕੀ ਜਾਣਾ ਤੂੰ ਹੈ ਇਹਦਾ ਮਤਲਬ ਹੈ ਕਿ ਤੇਰੇ ਲਈ ਪੈਸੇ ਦੀ ਕੋਈ ਅਮੀਰ ਨਹੀਂ ਸਾਊਟ ਕੀਤਾ ਤੈਨੂੰ 5 ਲੱਖ ਰੁਪਇਆ ਪਾ ਅੱਛਾ ਜੀ ਤੈਨੂੰ ਪੈਸੇ ਦੀ ਕੋਈ ਅਮੀਰ ਨਹੀਂ ਤੇਰੇ ਲਈ ਪੈਸਾ ਨਹੀਂ ਜਾਨ ਪੈਸਾ ਨਾ ਸੁਣਾਓ ਅੱਛਾ ਜੀ ਪੈਸਾ ਕੀ ਹੈ ਕਦੀ ਕਿਸੇ ਦੇ ਕੋਲ ਤੇ ਕਦੀ ਕਿਸੇ ਦੇ ਕੋਲ ਸ਼ਹਿਜ਼ਾਦੀ ਲੱਗੀ ਹੈ ਗੱਲ ਇਹ ਹੀ ਗੱਲ ਪੈ ਦੀ ਕਦੀ ਉਹਦੇ ਕੋਲ ਕਦੀ ਉਹਦੇ ਕੋਲ ਕਦੀ ਉਹਦੇ ਕੋਲ ਫਿਰ ਸਾਰਾ ਇਕੱਠਾ ਹੋ ਕੇ ਤੇਰੇ ਕੋਲ ਅੱਛਾ ਜੀ ਕੀ ਔਕਾਤ ਹੈ ਨਹੀਂ ਪਿਆਰ ਕਰ ਮਜ਼ਾਕ ਨਹੀਂ ਮਜ਼ਾਕ ਨਹੀਂ ਬਸ ਸਾਰੀ ਜ਼ਿੰਦਗੀ ਮੈਂ ਪੈਸਾ ਹੱਥ ਦੀ ਮੈਲ ਹੈ ਸੱਚ ਕਹਿਨੀ ਹੈ ਨਾ ਸੁੱਟ ਸਹੀ ਕਹਿਨੀ ਹੈ ਬਚਾ ਲੈਣਾ ਚਾਹੀਦਾ ਕੋਈ ਬੱਚੇ ਵੀ ਹੋਣੇ ਸਾਡੇ ਮੇਰੀ ਗੱਲ ਸੁਣੋ ਹਾਂ ਮੁਲਾਕਾਤ ਦਾ ਟਾਈਮ ਖਤਮ ਹੋ ਗਿਆ ਐਡਾ ਛੋਟਾ ਖਾਬ ਐਡਾ ਛੋਟਾ ਖਾਬ ਐ ਨਾ ਕਹਿ ਹੁਣ 4-5 ਬੱਚੇ ਤੇ ਹੋ ਲੈਣਦੇ ਖਾਬ ਦੇ ਚ ਤੁਸੀਂ ਸੋ ਜਾਓ ਤੁਸੀਂ ਗਹਿਰੀ ਨੀਂਦ ਜਾਓ ਅੱਛਾ ਜੀ ਠੀਕ ਹੈ ਤੇ ਫਿਰ ਮੈਂ ਸੱਚੀ ਮੁੱਚੀ ਆਵਾਂਗੇ ਅਗਰ ਤੁਸੀਂ ਮੇਰੇ ਨਾਲ ਸੱਚਾ ਪਿਆਰ ਕਰਦੇ ਹੋ ਆ ਜਾਏਗੀ ਸੱਚੀ ਮੁੱਚੀ ਜਲਦੀ ਕਰ ਸੋ ਜਾ ਅੱਲਾ ਠੋ ਗਿਆ ਪਰਵਾਨ ਮੇਰਾ ਪਾਲਾ ਬੱਚਾ 2 ਮਿੰਟ ਚਾਹੇ ਟਾਈਮ ਜਿਆਦਾ ਲਾਈ ਨਾ ਤੂੰ ਕਿਸੇ ਤੇ ਪਿਆਰ ਕੀਤਾ ਸੋ ਜਾ ਤੂੰ ਗੁੜੀ ਨੀਂਦ ਆ ਸੋ ਗਿਆ ਤੇਰੀ ਆਵਾਜ਼ ਆ ਰਹੀ ਮੈਂ ਸੋ ਗਿਆ ਆਹ ਆ ਜਾ ਜਾਨ ਨੀ ਮੇਰੀ ਉਹ ਹਫਤੇ ਆ ਜਾ ਹੁਣ ਟਾਈਮ ਤੇ ਹੋ ਗਿਆ ਅਸੀਂ ਤਾਂ ਤੈਨੂੰ ਆ ਹਾ ਹਾ ਵਾਹ 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 ਮੁਹੱਬਤ ਤੂੰ ਮੁੰਡੇ ਦੇ ਖਾਬ ਚ ਕੀ ਕਰ ਰਹੀ ਹੈ ਨੀ ਤੈਨੂੰ ਨੀਂਦਰ ਨਹੀਂ ਆਉਂਦੀ ਮੈਨੂੰ ਕਿੱਥੇ ਨੀਂਦਰ ਆਏਗੀ ਮੇਰਾ ਪੁੱਤਰ ਬਦਮਾਸ਼ੀਆਂ ਕਰੇ ਵੇ ਖੁਦਾ ਦੇ ਵਾਸਤੇ ਬਦਮਾਸ਼ੀ ਛੱਡ ਦੇ ਪੁੱਤਰਾ ਹਾਂ ਨਹੀਂ ਮਾਂ ਤੇਰਾ ਨਾਂ ਵਾਲੇ ਪੰਜਾਬ ਚ ਪੂਰੇ ਮੱਲੇ ਚ ਮੁਫਤ ਰੋਟੀ ਖਾਏਗੀ ਅਸਤਗਫਾਰ ਅੱਲਾ ਕੀ ਇੱਜ਼ਤ ਦੀ ਦਵੇ ਥੋੜੀ ਦਵੇ ਕਮਾ ਕੇ ਲਿਆ ਮੈਨੂੰ ਅਖਵਾ ਇਹ ਤੇ ਮੈਨੂੰ ਰੋਟੀ ਨਹੀਂ ਚਾਹੀਦੀ ਮੈਂ ਨਾ ਵਾਦਾ ਕਰ ਕਿ ਤੂੰ ਬਦਮਾਸ਼ੀ ਛੱਡ ਦੇਗਾ ਨਹੀਂ ਮਾਂ ਜੀ ਨਹੀਂ ਛੱਡੇਗਾ ਤੇ ਮੈਂ ਮਰ ਜਾਵਾਂਗੀ ਨਹੀਂ ਮਾਂ ਨਹੀਂ ਮੈਂ ਮਰ ਜਾਵਾਂਗੀ ਇਹ ਨਾ ਕਹਿ ਤੂੰ ਮਰੀ ਨਾ ਹਾਂ ਮੈਂ ਤੈਨੂੰ ਹੱਥੀ ਮਾਰਾਂਗਾ ਮੈਂ ਨਾ ਮਰੀ ਹਾਂ ਮੈਂ ਬਚਾ ਕੇ ਆਂ ਦੇਖੀਏ ਜੀ ਕਿਧਰੇ ਟਿਕ ਕੇ ਬਹਿ ਜਾ ਅਸੀਂ ਪਹਿਲਵਾਨ ਬਣਨਾ ਚਾਹੁੰਦੇ ਇਹ ਸਾਨੂੰ ਹੋਰ ਮਾਮਲੇ ਮੇਰੀ ਗੱਲ ਸੁਣੋ ਹਾਂਜੀ ਮੈਂ ਇੱਕ ਮਾਸੂਮ ਤੇ ਸ਼ਰੀਫ ਬੱਚੀ ਆ ਨਹੀਂ ਨਹੀਂ ਉਹ ਤਾਂ ਮੈਂ ਤੁਹਾਡੇ ਸਟੈਪ ਤੋਂ ਅੰਦਾਜ਼ਾ ਲਾ ਲਿਆ ਸੀ ਨਹੀਂ ਮੈਂ ਇੱਕ ਮਸਲੇ ਚ ਹੁਕਮ ਕਰੋ ਆ ਜਾਓ ਕੀ ਕਰ ਰਹੇ ਹੋ ਸ਼ਰਮ ਨਹੀਂ ਆਉਂਦੀ ਤੁਹਾਨੂੰ ਮੈਂ ਖੈਮੇ ਦੇ ਅੰਦਰ ਆਣਾ ਚਾਹੁੰਦਾ ਸੀ ਪਹਿਲੇ ਮੇਰੇ ਪਿੱਛੇ ਇੱਕ ਗੁੰਡਾ ਲੱਗਾ ਆ ਬਸ ਗੁੰਡਾ ਸਾਡੇ ਆਉਂਦੇ ਕੌਣ ਗੁੰਡਾ ਨਹੀਂ ਨਾ ਮਸਲੇ ਐਕਚੁਅਲੀ ਨਾ ਮੈਂ ਇੱਕ ਸ਼ਰੀਫ ਬੱਚੀ ਟੈਨਸ਼ਨ ਨਾ ਲਓ ਮਜ਼ਾਕ ਨਾ ਕਰੋ ਤੁਹਾਨੂੰ ਸੁਝ ਰਹੇ ਨੇ ਇਸ ਟਾਈਮ ਮਜ਼ਾਕ
ਤੇ ਮੇਰੀ ਬਣੀ ਜਾਨ ਅਗਰ ਉਹਨੇ ਮੈਨੂੰ ਛੇੜ ਲਿੱਤਾ ਨਾ ਤੇ ਮੇਰਾ ਕੱਲ ਨੂੰ ਵਿਆਹ ਨਹੀਂ ਹੋਣਾ ਮੇਰੇ ਮਾਂ ਪਿਓ ਖੁਦਕੁਸ਼ੀ ਕਰ ਲੈਣ ਦੇ ਸ਼ਰੀਫ ਲੋਕ ਨੇ ਉਹ ਨਹੀਂ ਨਹੀਂ ਤੇਰੀ ਅੰਮੀ ਤੇ ਬਹੁਤ ਸ਼ਰੀਫ ਹੈ ਹਾਂ ਕੌਣ ਨਹੀਂ ਜਾਣਦਾ ਉਹਨੂੰ ਗੱਲ ਇਹ ਹੈਗੀ ਕਿ ਬੇਫਿਕਰ ਹੋ ਜਾ ਇਹ ਛੁਰੀਆਂ ਪੈਣੀਆਂ ਸਿੱਧੀਆਂ ਆਉਂਦੀਆਂ ਨਹੀਂ ਉਹ ਬਦਮਾਸ਼ ਇੱਧਰ ਆ ਰਿਹਾ ਤੇ ਉਹਦੀ ਅੱਖਾਂ 'ਚ ਖੂਨ ਉਤਰਿਆ ਉਹਦੀਆਂ ਰਗਾਂ 'ਚ ਖੂਨ ਕਰ ਦਿਆਂਗੇ ਨਾਲੇ ਇਹ ਛੁਰੀ ਆਹੋ ਉਹਦੇ ਕੋਲ ਆਪ ਐਡਾ ਵੱਡਾ ਛੁਰਾ ਕਿੱਡਾ ਛੁਰਾ ਐਡਾ ਵੱਡਾ ਕੋਈ ਗੱਲ ਨਹੀਂ ਸਾਡਾ 1 ਇੰਚ ਹੀ ਘਟੇਗਾ ਹਾਏ ਮੈਨੂੰ ਡਰ ਲੱਗ ਰਿਹਾ ਉਹ ਐਸੇ ਹੀ ਪਾਸੇ ਆ ਨਿਕਲਾ ਸਿਰ ਪੂਰਾ ਹੀ ਹੈਗਾ ਉਹ ਕਿਹੜਾ ਪਾਰਕ ਅੱਜ ਤੇਰੀ ਇੱਜ਼ਤ ਸਾਡੇ ਕੋਲੋਂ ਕੋਈ ਨਹੀਂ ਬਚਾ ਸਕਦਾ ਨਹੀਂ ਔਰ ਇਸ ਕਰਕੇ ਕਿ ਅੱਜ ਪਿੰਡ ਵੀ ਖਾਲੀ ਹੈ ਤੇ ਸਾਡਾ ਘਰ ਵੀ ਖਾਲੀ ਹੈ ਵੇ ਬਗੈਰਤਾ ਵੇ ਧੀਆਂ ਭੈਣਾਂ ਤੇ ਸਭ ਦੀਆਂ ਸਾਂਝੀਆਂ ਹੁੰਦੀਆਂ ਨੇ ਵੇ ਆ ਮੇਰੀ ਕੋਈ ਧੀ ਭੈਣ ਨਹੀਂ ਆ ਆ ਵੇ ਨਹੀਂ ਬਗੈਰਤਾ ਆ ਓਏ ਜ਼ਾਲਮ ਨੇ ਇਸ ਬੱਚੀ ਦਾ ਕੀ ਹਾਲ ਕੀਤਾ ਹੈ ਤੇ ਮੈਂ ਵੀ ਤੇ ਇਹੋ ਹੀ ਹਾਲ ਕਰ ਰਿਹਾ ਓਏ ਉੱਠੋ ਇਹ ਦੋ ਰੋਲ ਆਪ ਹੀ ਕਰੀ ਜਾਣਾ ਇਸ ਕੁੜੀ ਦੀ ਇੱਜ਼ਤ ਅੱਜ ਮੇਰੇ ਕੋਲ ਕੋਈ ਨਹੀਂ ਬਚਾ ਸਕਦਾ ਬਸ ਇਹ ਸਾਡਾ ਪਿਆਰ ਸਾਡਾ ਇਸ਼ਕ ਹੈ ਇਹ ਹੋਈ ਓ ਜ਼ਾਲਮ ਕਿਹੜਾ ਮੈਨੂੰ ਇਹਦੇ ਕੋਲੋਂ ਬਚਾ ਲਓ ਮੈਨੂੰ ਇਹਦੇ ਕੋਲੋਂ ਬਚਾ ਲਓ ਉਹ ਮੈਨੂੰ ਇਹਨਾਂ ਦੋਨਾਂ ਕੋਲ ਬਚਾ ਲਓ ਉਧਰ ਨੂੰ ਚਾਹੀਦਾ ਅੱਜ ਕਰਕੇ ਪਰੇ ਚਾਹੀਦਾ ਆ ਨਹੀਂ ਤੇ ਵੇਚਣ ਦੇ ਇੰਨੇ ਹਾਲੀ ਪੈਸੇ ਨਹੀਂ ਮੈਂ ਕਮਾਉਣ ਲੱਗਾ ਹੋਇਆ ਕੀ ਇਹਨੇ ਕੀਤਾ ਕੀ ਇਸ ਕੁੜੀ ਦੀ ਇੱਜ਼ਤ ਵੀ ਅੱਜ ਮੇਰੇ ਤੋਂ ਕੋਈ ਨਹੀਂ ਬਚਾ ਸਕਦਾ ਚੁੱਪ ਹੋਏ ਚੁੱਪ ਕਰ ਜਾ ਅੱਛਾ ਜੀ ਕਿਹਾ ਕੀ ਇਹਨੇ ਮੈਂ ਤੈਨੂੰ ਮਿਲਣ ਲਈ ਆ ਰਹੀ ਤਾਂ ਐਦਾਂ ਤੇ ਇਹਨੇ ਪਤਾ ਕੀ ਕੀਤਾ ਹੀ ਕੀ ਕੀਤਾ ਆਸਤਾ ਆਸਤਾ ਆਇਆ ਹੀ ਤੇ ਪਿੱਛੋਂ ਆ ਕੇ ਕੀਤਾ ਹੀ ਓਹ ਓਏ ਬੱਚੀ ਦੀ ਨਿੱਕੀ ਜਿਹੀ ਢਿੱਡੀ ਨੂੰ ਛੇੜਿਆ ਤੈਨੂੰ ਪਤਾ ਉਹਦੇ ਢਿੱਡ ਦੇ ਹੱਥ ਲੱਗ ਜਾ ਦੋ ਦਿਨ ਰੋਟੀ ਨਹੀਂ ਖਾਂਦੀ ਬਗੈਰ ਤਾਲਮੀ ਮਾਫ ਕਰ ਦੇਣਾ ਸਾਨੂੰ ਇਹ ਕੋਈ ਡਾਕੂ ਜਾਂ ਚੋਰ ਜਾਂ ਬਦਮਾਸ਼ ਨਹੀਂ ਹੈਗਾ ਸਾਡਾ ਛੋਟਾ ਭਰਾ ਹੈ ਸਿਰਫ ਜੇਬ ਕੁਤਰਾ ਤੁਹਾਡੇ ਪੈਸੇ ਚ ਡੰਡੇ ਆਉਣਾ ਉਹਨੂੰ ਦੱਸਦਾ ਮੈਂ ਵੀ ਤੇਰੀ ਮਸ਼ੂਕਾ ਓਏ ਤੇਰੀ ਭਾਬੀ ਮਾਂ ਹੈ ਕੀ ਭਾਬੀ ਮਾਂ ਉਹ ਫੜਾਫੜ ਮਾਂ ਨਾ ਬਣਾ ਰਿਆ ਕਰ ਤੂੰ ਉਹਨੇ ਅਗਲੇ ਡਰਾਮੇ ਚ ਉਹਨੇ ਮੇਰੀ ਜਨਾਨੀ ਹੋਣਾ ਚਲੋ ਇਹ ਡਰਾਮਾ ਮਾਫੀ ਮੰਗ ਓਏ ਮਾਫੀ ਨਾ ਮੰਗੀ ਮੇਰੇ ਕੋਲੋਂ ਕਿਉਂ ਜੀ ਤੂੰ ਮਾਫੀ ਨਾ ਮੰਗੀ ਉਹ ਕਿਉਂ ਜੀ ਕਿਉਂਕਿ ਮੈਂ ਤੈਨੂੰ ਮਾਫੀ ਨਹੀਂ ਦੇਣੀ ਮੈਂ ਹੌਲੀ ਹੌਲੀ ਲੱਗਾ ਰਾਂਗਾ ਇੱਕ ਨਾ ਇੱਕ ਦਿਨ ਜ਼ਰੂਰ ਮਿਲੇਗੀ ਯਾਰ ਕਰਨਾ ਨਹੀਂ ਗੱਲ ਇਹ ਆ पुलिस हमारे पीछे लगी है भागो भागो ये तो तुम्हारे घर का लड़ाई है मेरा तो चौकीदार है दो मुझे मारी चाल अंदर बंदे चुप चुप सुटे बाहर मैनू पईयां जूतियां मैनू पता ही नहीं लगा मैं अग बुझाउण वाले बाहर सुटदा रहा तारफ करा अपना है कौन ਉਹ ਮੈਂ ਯਾਰ ਗਾਮੇ ਦਾ ਮੁੰਡਾ ਉਹ ਚਾਚੇ ਗਾਮੇ ਦਾ ਹਾਂ ਉਹ ਤੂੰ ਮੇਰੇ ਚਾਚੇ ਦਾ ਮੁੰਡਾ ਹੈ ਤੇਰਾ ਪਿਓ ਤੇ ਮੇਰਾ ਪਿਓ ਦੋਵੇਂ ਹੀ ਭਰਾ ਹੀ ਅੱਛਾ ਅਤੇ ਇੰਜ ਤੂੰ ਮੇਰਾ ਸਾਲਾ ਲੱਗਦਾ ਨਹੀਂ ਨਹੀਂ ਤੂੰ ਹਿਸਾਬ ਸਹੀ ਕਰ ਨਹੀਂ ਰਿਹਾ ਕਿਵੇਂ ਤੇਰਾ ਪਿਓ ਮੇਰਾ ਚਾਚਾ ਹੈ ਅੱਛਾ ਮੇਰਾ ਪਿਓ ਤੇਰਾ ਤਾਇਆ ਹੈ ਅੱਛਾ ਤੇ ਹਾਸਲ ਆਇਆ ਬਹਿਨੋਈ ਉਹ ਯਾਰ ਤੂੰ ਪਾਗਲ ਹੈ ਸਮਝ ਆ ਯਾਰ ਤੇਰਾ ਪਿਓ ਤੇ ਮੇਰਾ ਪਿਓ ਜੋ ਹੋਏ ਦੋਵੇਂ ਹੀ ਭਰਾ ਆਹੋ ਤੇ ਤੂੰ ਤੇ ਮੇਰਾ ਹੀ ਮੁੰਡਾ ਹੋਇਆ ਯਾਰ ਮੈਨੂੰ ਤੇਰੀ ਸਮਝ ਨਹੀਂ ਆ ਰਹੀ ਕੁਛ ਸਮਝ ਨਹੀਂ ਲੱਗਣੀ ਔਰ ਤੁਸੀਂ ਦੋਵੇਂ ਆਪਸ ਚ ਚਾਚਿਆਂ ਤਾਇਆਂ ਦੇ ਜੇ ਹਾਂ ਇਸ ਹਾਲ ਨਾਲ ਤੁਸੀਂ ਮੇਰੇ ਮੁੰਡੇ ਹੋ ਹਾਂ ਨਹੀਂ 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 ਗਲਤ ਤੁਸੀਂ ਤਿੰਨੋਂ ਆਪਸ ਚ ਕਜ਼ਨ ਹੋ ਅੱਛਾ ਕਜ਼ਨ ਜਿਵੇਂ ਕਜ਼ਨ ਜਿਵੇਂ ਕਜ਼ਨ ਚ ਮਾਰ ਜਾਣੇ ਨਾ ਉਹ ਵੀ ਫਸਾ ਰਹੀ ਹੈ ਵਿੱਚ ਕਦਰ ਠੀਕ ਹੈ ਯਾਰ ਹੁਣ ਸਮਝ ਆਈ ਹਾਂ ਤੂੰ ਹੈ ਕੌਣ ਮੇਰੇ ਦੱਸ ਦੇ ਨੂੰ ਜਰਾ ਮੈਂ ਗਾਮੇ ਦਾ ਮੁੰਡਾ ਯਾਰ ਮੈਂ ਕੀ ਹੈ ਇਹ ਚੱਲ ਰਿਹਾ ਹੈ ਵਾਹ 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 ਵ
ਵੀ ਕੱਢ ਕੇ ਆ ਇਹਨੂੰ ਵੀ ਮੁਬਾਰਕ ਹੋਵੇ ਕਾਦੀ ਆ ਗਰਮੀਆਂ ਵੀ ਮੈਂ ਤੁਹਾਡੇ ਘਰ ਹੀ ਕੱਢੀਆਂ ਨੇ ਕਦੇ ਹੀ ਫਿਰ ਸਿਰ ਵੀ ਤੇ ਆਟੇ ਵਾਲੀ ਬੋਰੀ ਦੀ ਵੱਜਦਾ ਰਿਹਾ बड़ी मासूम बच्ची लै गया बाग उथे जाके आंदा दरखत नाल टेक ला ऐन करके इन टेक ला लई हल्का हल्का मजा आ रहा इन टेक ला लई मासूम बच्ची आंदा तले पै गया मासूम भी रुपी दी थले पै गई इन आंदा नेड़े हो जा नेड़े हो गई फिर आंदा नेड़े हो जा और नेड़े हो गई असी किथे हैं असी मतलब तेरे सामने सुते हैं किदी गल हो रही है तेरी और किदी गल हो रही है ओए पता ही नहीं बकवास न कर पैसे कटनी है दे मैंने की पता थी कि पैसे भी ना ली ने हर पास उलामे आ रहे हैं ते हर पास इधरा ओए मुड़ते दी कटेगा ले इधरा बड़ा जुलम किया ने मेरे ना लाला जी अपर है जान नहीं दिए अपनी अर्ज कहना तेरी भाभी मां है भाभी बने ना बिच और रौला ना पावे ना ठीक है मेरे दादी है भाभी दादी है तू अपना ओदे भी पैसे कटन लगा सी हाँ, जी ताडे भी पैसे कटन लगा सी कोशिश की मैं कटन नहीं दिते कोई नहीं तेरे मैं कटने चल माफी मांग चल सॉरी कर माफी मांग तीन मिनट ने तेरे को ठीक है मेरा भावे अद्धा घंटा लेकिन है तीन मिनट ही हाँ माफी मांग के अंदर आ चल माफी मांग गाना धमान पाने वाली लत रीगल तो दही भलिया की प्लेट ली अच्छा तो जाके अद्धे घंटे बाद उन्होंने लड़ पाया कहता बोटी के पाई इन्हों के बारे जान दो आपस इश्क मशूकी करते ने अच्छा आज की मशूकी हो रही है ओए पिछड़ जावे जे यार ते पीनी पैंदी है बीवी है दीनू पुछया तू क्यों पीनी है कहंदी बंदे हो जाने चार ते पीनी